ਫਰੈਂਡਸ, ਅੱਜ ਨਾ ਅਸੀਂ ਇੱਥੇ ਪੈਟਰੋਲ ਪੰਪ 'ਤੇ ਨਾ ਤੇਲ ਪਵਾਉਣ ਆਏ ਸੀ, ਅਤੇ ਇੱਥੇ ਨਾ ਮੈਂ ਟੋਪਿਆਰੀ 'ਚ ਦੇਖੀ ਆ, ਤੁਹਾਨੂੰ ਦਿਖਾਉਂਦੀ ਹਾਂ। ਫਰੈਂਡਸ ਆਹ ਦੇਖੋ ਪਲਾਂਟ ਦੀ ਟੋਪਿਆਰੀ, ਦੇਖੋ ਕਿੰਨੀ ਸੋਹਣੀ ਬਣੀ ਆ। ਉਹ ਵਾਹ, ਬਹੁਤ ਹੀ ਵੱਡੀ ਆ, ਦੇਖੋ ਮੇਰੇ ਹੱਥ ਦੇ ਹਿਸਾਬ ਨਾਲ ਲਾ ਕੇ ਦੇਖੋ, ਅਤੇ ਬਹੁਤ ਹੀ ਸੋਹਣੀ, ਬਹੁਤ ਹੀ ਪਿਆਰੀ ਹੈ। ਛੋਟਾ ਜਿਹਾ ਪਾਰਕ ਬਣਾਇਆ ਪੈਟਰੋਲ ਪੰਪ ਵਾਲਿਆਂ ਨੇ। ਆਹ ਦੂਜਾ ਪਲਾਂਟ ਦੇ ਬੀਜ਼ ਹੋਏ ਆ, ਕਿੰਨੇ ਸੋਹਣੇ ਮੋਟੇ ਮੋਟੇ, ਔਰ ਇਹ ਗੁਲਦਾਉਦੀ ਦੇ ਲੱਗੇ ਆ, ਅਤੇ ਇਹ ਦੇਖੋ ਗੋਲਡਨ ਬ੍ਰੱਸ਼ ਪਲਾਂਟ, ਇਹਦੀ ਟੋਪਿਆਰੀ ਬਣਾਈ ਇਹਨਾਂ ਨੇ। ਬੜੀ ਰੀਝ ਨਾਲ ਸਾਰਾ ਗਾਰਡਨ ਸਜਾਇਆ ਹੋਇਆ, ਦੇਖੋ ਕਿੰਨਾ ਪਿਆਰਾ। ਅਤੇ ਇਹ ਹੈਗਾ ਆਪਣਾ ਜੀ ਲੇਡੀ ਪਾਮ, ਹੈ ਨਾ। ਅਤੇ ਇਹ ਦੂਜਾ ਪਲਾਂਟ ਦੀ ਦੇਖੋ ਟੋਪਿਆਰੀ ਕਿੰਨੀ ਸੋਹਣੀ ਬਣੀ ਆ, ਮਾਈ ਗੋਡ, ਕਿੰਨੀ ਮਿਹਨਤ ਨਾਲ ਬਣਾਈ। ਇਹ ਕਾਫੀ ਸਾਲ ਪੁਰਾਣੀ ਆ, ਦੇਖੋ ਦਾ ਟਰੰਕ ਦੇਖੋ ਕਿੰਨਾ ਵੱਡਾ। ਇਹ ਵੀ ਦੇਖੋ ਇੱਕ ਪਲਾਂਟ ਹੈਗਾ ਆ, ਇਹ ਵੀ ਬੜਾ ਸੋਹਣਾ, ਹੁਣ ਮੈਨੂੰ ਇਹਦਾ ਨਾਮ ਨਹੀਂ ਆ ਰਿਹਾ। ਬਹੁਤ ਸੋਹਣਾ ਪਲਾਂਟ ਹੈ, ਇਹਦੀ ਟੋਪਿਆਰੀ ਦੇਖੋ ਕਿੰਨੀ ਪਿਆਰੀ ਬਣਾਈ, ਗੋਲ ਗੋਲ ਬੋਲ ਬਣਾਏ ਆ। ਆਹ ਗ੍ਰੀਨ ਫਾਈਕਸ, ਗ੍ਰੀਨ ਫਾਈਕਸ ਦੀ ਟੋਪਿਆਰੀ ਦੇਖੋ, ਦੂਰੋਂ ਜ਼ਿਆਦਾ ਸੋਹਣੀ ਲੱਗਦੀ ਲੋਕ ਇਹਨਾਂ ਦੀ, ਲਗਾਤਾਰ ਸੋਹਣੇ ਸੋਹਣੇ ਬਣੇ ਹੋਏ ਆ, ਬਹੁਤ ਹੀ ਸੋਹਣਾ ਨਜ਼ਾਰਾ। ਨੀਚੇ ਗ੍ਰੀਨ ਗ੍ਰਾਸ, ਮੇਰਾ ਤਾਂ ਵਾਪਸ ਜਾਣ ਦਾ ਦਿਲ ਨਹੀਂ ਕਰਦਾ ਪਿਆ, ਦੇਖੋ ਕਿੰਨਾ ਸੋਹਣਾ ਹੈ।